ਆਮਿਰ ਆ ਜਾਵੇ, ਮੈਨੂੰ ਤਾਂ ਨਹੀਂ ਦਿੰਦੀਆਂ ਤੂੰ ਆਮਿਰ ਦੀਆਂ। ਨਾਲੇ ਗੱਲ ਸੁਣ, ਕੀ ਜ਼ਰੂਰਤ ਸੀ, ਕੀ ਕਹਿ ਰਹੀ ਸੀ ਕਿ ਤੇਰਾ ਸਹੁਰਾ ਦੇਗਾ ਪਕਾਉਣ? ਅਸੀਂ ਦੇਗੀ ਹੈ, ਅਸੀਂ ਖਾਣੇ ਪਕਾਉਣੇ ਹੈ। ਕਿਉਂ ਮਾਂ ਜੀ, ਅੱਬਾ ਜੀ ਲੈ ਕੇ ਨਹੀਂ ਆਉਂਦੇ ਸੀ ਸਾਡਾ ਕੋਰਮਾ ਬਦਾਮਾਂ ਵਾਲਾ ਜ਼ਰਦਾ? ਕਿਸ ਤਰ੍ਹਾਂ ਅਸੀਂ ਖਾਂਦੇ ਸੀ, ਪਲਾਵ ਵਗੈਰਾ ਸਾਰਾ ਲੈ ਕੇ ਆਉਂਦੇ ਸੀ ਨਾ। ਬੇਟੇ ਮੂੰਹ ਤੇਰਾ, ਤੁਹਾਨੂੰ ਰਜਾਣ ਵਾਸਤੇ, ਤੁਹਾਡੇ ਢਿੱਡਾਂ ਚ ਪਾਉਣ ਵਾਸਤੇ ਬਾਹਰੋਂ ਲੈ ਕੇ ਆਉਂਦੇ ਸੀ, ਤੇ ਤੂੰ ਉੱਥੇ ਬਹਿ ਕੇ ਕਹਿ ਦਿੱਤਾ ਕਿ ਕੁੜਮਾ ਚ ਕਿ ਅਸੀਂ ਦੇਗਾ ਪਕਾਉਂਦੇ। ਸ਼ਰਮ ਨਹੀਂ ਆਈ ਤੈਨੂੰ ਗੱਲ ਕਰਦੇ ਹੋਏ? ਕੀ ਸੋਚਣਗੇ ਉਹ ਲੋਕ? ਸੋਚਦੀ ਨਹੀਂ ਹੈ? ਆਇੰਦਾ ਤੂੰ ਇਹੋ ਜਿਹੀ ਗੱਲ ਕੀਤੀ ਨਾ ਤੇ ਮੈਂ ਜ਼ਬਾਨ ਕੱਟ ਦੇਣੀ ਹੈ। ਠੀਕ ਹੈ ਮਾਂ, ਤੁਸੀਂ ਮੇਰੀ ਜ਼ਬਾਨ ਕੱਟ ਕੇ ਨਾ ਕਿਧਰੇ ਸੁੱਟ ਦਿਓ, ਪੁੰਗੀ ਹੋ ਜਾਵਾਂਗੀ, ਨਾ ਬੋਲਾਂਗੀ, ਨਾ ਤੁਹਾਨੂੰ ਫਸਾਦ ਪੈ ਗਿਆ ਇਸ ਘਰ ਚ। ਮੈਂ ਸੁੱਟਾਂਗੀ ਨਹੀਂ, ਮੈਂ ਚੀਲਾ ਅੱਗੇ ਪਾਵਾਂਗੀ ਤਾਂ ਕਿ ਲੱਭੇ ਨਾ ਜ਼ਬਾਨ ਤੇਰੀ। ਥੱਲੇ ਕੇ ਰੱਖਾਂ, ਕੀ ਦੇਖਣੀ ਪਈ ਹੈ? ਮੈਂ ਫੇਸਬੁੱਕ ਵੇਖਦੇ ਰਹੀ ਸੀ, ਆਪੇ ਬੁਲਾਇਆ ਸੀ ਕਿ ਆ ਇੱਧਰ ਵੇਖ ਗੱਲ ਸੁਣ। ਇਹ ਦੇਖਿਆ, ਇਹ ਇਹ ਜਿਹੜਾ ਤਰੀਕਾ ਨਾ, ਇਹ ਤੁਹਾਡਾ ਗਲਤ ਤਰੀਕਾ ਹੈ। ਇਹਨਾਂ ਨੇ ਤੁਹਾਡੀਆਂ ਆਪਣਾ ਖਰਾਬ ਕਰ ਦਿੱਤੀਆਂ ਫੇਸਬੁੱਕਾਂ ਨੇ, ਤੇ ਇਹ ਚੀਜ਼ਾਂ ਖੋਲ ਖੋਲ ਕੇ ਦੇਖਦੇ ਹੋ, ਤੁਹਾਨੂੰ ਤਮੀਜ਼ ਹੀ ਨਹੀਂ ਹੈ। ਅੱਛੀਆਂ ਚੀਜ਼ਾਂ ਵੀ ਹੈ ਤੇ ਬੁਰੀਆਂ ਚੀਜ਼ਾਂ ਵੀ ਹੈ ਇਹਦੇ ਚ। ਬਸ ਕਰ ਦੋ ਨਾ, ਅੱਗੇ ਵਾਸਤੇ ਛੱਡ ਦੋ। ਤੇ ਤੂੰ ਅਕਲ ਨਾ ਕਰੀ, ਅਕਲ ਨਾ ਕਰੀ, ਤੂੰ ਅੱਗੇ ਵਾਸਤੇ ਛੱਡ ਦਵੋ। ਸ਼ਰਮ ਆਇਆ ਮੁੱਕ ਗਈ ਹੈ ਤੁਹਾਡੇ ਅੰਦਰ। ਆਂਦਾ ਮੈਂ ਤੈਨੂੰ ਫੋਨ ਚੁੱਕ ਦੇਣਾ, ਦੇਖਾਂ ਕਿ ਫੇਸਬੁੱਕ ਤੇ ਲੱਗੀ ਹੈ ਤੂੰ। ਨਹੀਂ ਕਿਉਂ ਇੰਨੇ ਭੈੜੇ ਭੈੜੇ ਮੂੰਹ ਬਣਾਉਣੀ ਪਈ ਹੈ? ਹੋਇਆ ਕੀ ਹੈ, ਕੀ ਪਰੇਸ਼ਾਨੀ ਹੈ ਤੈਨੂੰ? ਮੈਂ ਜਾਣ ਕਿਆ ਬਤਾਊਂ, ਇੱਕ ਲਈ ਪਰੇਸ਼ਾਨ ਹੋ ਮੈਂ। ਕਿਉਂ, ਕੀ ਹੋਇਆ ਬੀ ਨੂੰ? ਮੈਂ ਜਾਣ ਮੇਰੇ ਦਿਲ ਹੈ ਕਿ ਅੱਧ ਇੱਕ ਰਾਤ ਉਸੇ ਪਹਿਲੇ ਕਿ ਕਿਸੇ ਗਲਤ ਚੱਕਰ ਚ ਪੈ ਜਾ। ਕੀ ਬੋਲਣੀ ਪਈ ਹੈ, ਮੈਨੂੰ ਸਮਝ ਨਹੀਂ ਆ ਰਹੀ ਤੂੰ ਕਹਿਣਾ ਕੀ ਚਾਹ ਰਹੀ ਹੈ। ਮੈਂ ਜਾਣ ਮੇਰਾ ਮਤਬਲ ਹੈ ਕਿ ਮੈਂ ਕੈਨੇਡਾ ਜਾਣੇ ਸੇ ਪਹਿਲੇ ਨਾ ਉਸਕੀ ਬਾਤ ਡਨ ਡਨਾਡਨ ਡਨ ਕਰ ਦੂੰ। ਅੱਛਾ, ਖਾਨਦਾਨ ਚ ਜੀ? ਤੇ ਤੇਰੀ ਨਜ਼ਰ ਚ ਕੋਈ ਕੁੜੀ ਹੈ? ਨਹੀਂ। ਸਾਨੀਆ ਦੇ ਬਾਰੇ ਚ ਕੀ ਖਿਆਲ ਹੈ ਤੇਰਾ? ਮਜਾਨ ਅੱਛੀ ਹੈ ਔਰ ਮੇਰੀ ਆਪਣੀ ਭਤੀਜੀ ਹੈ, ਪਰ ਉਸਕੇ ਸਾਥ ਨਾ ਇੱਕ ਪ੍ਰੋਬਲਮ ਹੈ। ਕੀ ਮਤਲਬ? ਮਤਲਬ ਮਸਲਾ। ਕੀ ਮਸਲਾ? ਨਹੀਂ, ਅੱਛੀ ਖਾਸੀ ਹੈ, ਸੋਹਣੀ ਹੈ, ਇੱਜ਼ਤ ਕਰਦੀ ਹੈ, ਪਿਆਰ ਕਰਨ ਵਾਲੀ ਕੁੜੀ ਹੈ, ਹੱਥਾਂ ਦੀ ਬਣੀ। ਮਜਾਨ ਉਸਕੀ ਮਾਂ ਨਾ ਬਹੁਤ ਜ਼ਰੀਲੀ ਔਰਤ ਹੈ। ਇਹਦੀ ਮਾਂ ਨੂੰ ਛੱਡ, ਤੂੰ ਸਾਨੀਆ ਨੂੰ ਦੇਖ, ਹੱਥਾਂ ਦੀ ਭਲੀ ਕੁੜੀ ਹੈ, ਇੱਜ਼ਤ ਕਰਦੀ ਹੈ, ਖਾਨਦਾਨ ਦੀ ਕੁੜੀ ਹੈ, ਦੇਖੀ ਵਾਲੀ ਹੈ, ਉਹਦੇ ਬਾਰੇ ਚ ਸੋਚ। ਦੇਖਾ ਜਾਏਗਾ ਮਜਾ। ਤੇਰੀਆਂ ਕੋਈ ਹਰਕਤਾਂ ਮੈਨੂੰ ਠੀਕ ਨਹੀਂ ਲੱਗਦੀਆਂ ਪਈਆਂ। ਤੂੰ ਕੁੜੀ ਬਾਰੇ ਸੋਚ, ਆਪਣੇ ਪੁੱਤਰ ਬਾਰੇ ਸੋਚ, ਕਰਨੀ ਕੀ ਪਈ ਹੈ ਤੂੰ? ਮੈਨੂੰ ਤਾਂ ਤੇਰੇ ਅੰਦਾਜ਼ ਨਹੀਂ ਠੀਕ ਲੱਗ ਰਿਹਾ।